ਹਾਂਜੀ ਦੋਸਤੋ ਲੋਕ ਮੁਕਤੀ ਟੀਵੀ ਦੇ ਲਈ ਮੈਂ ਤੁਹਾਡਾ ਆਪਣਾ ਬਲਜਿੰਦਰ ਸਿੰਘ ਢਿੱਲਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਲੋਕ ਮੁਕਤੀ ਟੀਵੀ ਜੋ ਮੈਂ ਚੈਨਲ ਸ਼ੁਰੂ ਕੀਤਾ ਹੈ ਇਦੇ ਰਾਹੀਂ ਮੈਂ ਤੁਹਾਡੇ ਰੂਬਰੂ ਹੋਣਾ ਬਹੁਤ ਸਾਰੀਆਂ ਐਸੀਆਂ ਸ਼ਖਸੀਅਤਾਂ ਨੂੰ ਲੈ ਕੇ ਜਿਨ੍ਹਾਂ ਦਾ ਆਪੋ ਆਪਣੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਚਾਹੇ ਰਾਜਨੀਤਿਕ ਖੇਤਰ ਹੈ ਚਾਹੇ ਸਾਹਿਦ ਦਾ ਖੇਤਰ ਹੈ ਚਾਹੇ ਸੱਭਿਆਚਾਰ ਦਾ ਖੇਤਰ ਹੈ ਚਾਹੇ ਕਲਾ ਦਾ ਖੇਤਰ ਹੈ ਚਾਹੇ ਅਦਾਕਾਰੀ ਦਾ ਖੇਤਰ ਹੈ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਅਲੱਗ-ਅਲੱਗ ਪ੍ਰੋਗਰਾਮਾਂ ਦੇ ਰਾਹੀਂ ਚਾਹੇ ਉਹ ਸੈਲਫੀ ਸਟਾਰਟ ਆ ਚਾਹੇ ਉਹਨਾਂ ਦੇ ਨਾਲ ਮੁਲਾਕਾਤਾਂ ਦਾ ਹੋਵੇਗਾ سلسلہ ਕਿਉਂਕਿ ਜਿਸ ਤਰ੍ਹਾਂ ਦਾ ਵੀ ਆਰਟਿਸਟ ਹੁੰਦਾ ਉਹੋ ਜੀ ਉਹਦੇ ਨਾਲ ਤਲਬਤ ਦਾ سلسلہ ਤੁਹਾਡੇ ਰੂਬਰੂ ਅਸੀਂ ਕਰਦੇ ਰਹਿਣਾ ਤੁਹਾਨੂੰ ਉਹਨਾਂ ਤੋਂ ਜਾਣੂ ਕਰਵਾਉਂਦੇ ਰਹਿਣਾ ਹੈਗਾ ਤਾਂ ਇਹਦੇ ਵਿੱਚ ਮੇਰੀ ਕੋਸ਼ਿਸ਼ ਇਹ ਹੀ ਹੋਏਗੀ ਕਿ ਮੈਂ ਉਹਨਾਂ ਕਲਾਕਾਰਾਂ ਨੂੰ ਹੀ ਤੁਹਾਡੇ ਰੂਬਰੂ ਕਰਾਂ ਜਿਹੜੇ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਜਿਨ੍ਹਾਂ ਦੇ ਬਾਰੇ ਵਿੱਚ ਮੈਂ ਚੰਗੀ ਤਰ੍ਹਾਂ ਜਾਣਦਾ ਜਾਂ ਉਹਦੇ ਲਈ ਮੈਂ ਆਪਣੀ ਠੀਕ-ਠਾਕ ਆਪਣੇ ਵੱਲੋਂ ਪੜਤਾਲ ਕਰ ਸਕਾਂ ਤਾਂ ਇਹੋ ਜਿਹਾ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਕੋਈ ਕਲਾਕਾਰ ਜਾਂ ਕੋਈ ਇਹੋ ਜਿਹਾ ਨਾ ਕਰਾਂ ਜਿਹਦੇ ਬਾਰੇ ਮੈਂ ਜਾਣਦਾ ਨਾ ਹੋਵਾਂ ਜਾਂ ਫਰਜ਼ੀ ਜਿਹਾ ਮੈਂ ਇੰਟਰਵਿਊ ਕਰ ਲਵਾਂ ਸਿਰਫ ਉਹਦੀ ਚੜ੍ਹਾਈ ਵੇਖ ਕੇ ਜਾਂ ਕੁਝ ਹੋਰ ਇਹੋ ਜਿਹਾ ਕੁਝ ਦੇਖ ਕੇ ਤਾਂ ਇਹ ਮੈਂ ਮੇਰੀ ਕੋਸ਼ਿਸ਼ ਹੋਏਗੀ ਤਾਂ ਇਸ ਤੋਂ ਬਿਨਾ ਜਿਹੜੀਆਂ ਨੇ ਤੁਹਾਨੂੰ ਮੇਰੇ ਇਸ ਚੈਨਲ ਦੇ ਰਹੀਂ ਮੇਰਾ ਨਹੀਂ ਤੁਹਾਡਾ ਆਪਣਾ ਚੈਨਲ ਹੋਏਗਾ ਤਾਂ ਉਹਦੇ ਵਿੱਚ ਮੈਂ ਸਿਹਤ ਸਹੂਲਤਾਂ ਬਾਰੇ ਕਾਨੂੰਨੀ ਜਾਣਕਾਰੀ ਬਾਰੇ ਸਮਾਜਿਕ ਹੋਰ ਇਹੋ ਜਿਹੀਆਂ ਗੱਲਾਂ ਦੀ ਜਾਣਕਾਰੀ ਦੇ ਲਈ ਮੇਰੀ ਕੋਸ਼ਿਸ਼ ਹੋਏਗੀ ਮੈਂ ਉਹਨਾਂ ਵਿਸ਼ਿਆਂ ਦੇ ਮਾਹਰ ਜਿਹੜੇ ਆ ਉਹਨਾਂ ਨੂੰ ਬੁਲਾ ਕੇ ਵੀ ਤੁਹਾਡੇ ਸਾਹਮਣੇ ਕਰ ਸਕਾਂ ਤਾਂ ਕਿ ਤੁਸੀਂ ਆਪਣੀ ਜਿਹੜੀ رائے ਉਹਨਾਂ ਨੂੰ ਦੇ ਤੇ ਉਹਨਾਂ ਤੋਂ ਆਪਣੀ ਕਿਸੇ ਮੁਸ਼ਕਲ ਦਾ ਹੱਲ ਲੈ ਸਕੋ ਲੱਭ ਸਕੋ ਤਾਂ ਇਹ ਸਾਰਾ ਕੁਝ ਮੇਰੀ ਕੋਸ਼ਿਸ਼ ਹੋਏਗੀ ਅਜੇ ਫਿਲਹਾਲ ਮੈਂ ਬੜਾ ਛੋਟੇ ਜਿਹੇ ਉਹਦੇ ਤੋਂ ਸ਼ੁਰੂ ਕਰ ਰਿਹਾ ਤਾਂ ਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਤੁਹਾਡਾ ਸਹਿਯੋਗ ਮੈਨੂੰ ਮਿਲਦਾ ਜਾਏਗਾ ਤਾਂ ਮੈਂ ਤੁਹਾਡੇ ਸੁਝਾਅ ਮੈਨੂੰ ਮਿਲਦੇ ਜਾਣਗੇ ਤਾਂ ਮੈਂ ਇਹਦਾ ਵਿਸਥਾਰ ਜਿਹੜਾ ਹੈਗਾ ਉਸੇ ਤਰ੍ਹਾਂ ਹੀ ਕਰਦਾ ਜਾਵਾਂਗਾ ਤਾਂ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਮੈਨੂੰ ਆਪਣਾ ਸੁਝਾਅ ਜਿਹੜੇ ਹੈਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣੇ ਆ ਕਿ ਤੁਸੀਂ ਕਿਹੋ ਜਿਹਾ ਪ੍ਰੋਗਰਾਮ ਚਾਹੁੰਦੇ ਹੋ ਮੈਂ ਵੱਖਰਾ ਕੀ ਕਰ ਸਕਾਂ ਕਿਉਂਕਿ YouTube ਚੈਨਲ ਦੇ ਉੱਤੇ ਜਾਂ ਹੋਰ ਇਹਨਾਂ ਚੈਨਲ ਦੇ ਨੇ ਉਹਨਾਂ ਦੇ ਉੱਤੇ ਬਹੁਤ ਵੱਡੀ ਭੀੜ ਹੈ ਤਾਂ ਉਹ ਆਪਣੇ ਢੰਗ ਨਾਲ ਕੰਮ ਕਰ ਰਹੇ ਆ ਤਾਂ ਮੈਂ ਵੀ ਮੇਰੀ ਕੋਸ਼ਿਸ਼ ਹੈ ਕਿ ਵੀ ਮੈਂ ਉਸ ਭੀੜ ਦੇ ਵਿੱਚੋਂ ਕੁਝ ਵੱਖਰਾ ਕਰ ਪਾਵਾਂ ਤੁਹਾਡੇ ਲਈ ਕੁਝ ਵੱਖਰਾ ਲੈ ਕੇ ਆ ਸਕਾਂ ਤੁਸੀਂ ਮੈਨੂੰ ਉਹ ਸੁਝਾਅ ਵੀ ਦੇਣੇ ਹੈਗੇ ਆ ਕਿ ਵੀ ਤੁਸੀਂ ਕਿਹੋ ਜਿਹਾ ਉਹਨਾਂ ਤੋਂ ਅਲੱਗ ਮੈਂ ਕੀ ਕਰਕੇ ਧਿਆਨ ਤੁਹਾਨੂੰ ਜੋ ਕਿ ਆਮ ਸਮਾਜ ਦੇ ਲਈ ਆਮ ਲੋਕਾਂ ਦੇ ਲਈ ਮੋਟੀਵੇਸ਼ਨ ਵੀ ਹੋਵੇ ਤੇ ਉਹਨਾਂ ਦੇ ਲਈ ਸੇਧ ਵੀ ਉਹਨਾਂ ਨੂੰ ਦਿੰਦਾ ਹੋਵੇ ਤਾਂ ਇੱਕ ਨਵਾਂ ਸਮਾਜ ਸਿਰਜਣ ਦੀ ਜਿਹੜੀ ਹੈ ਸਮਰੱਥਾ ਵੀ ਅਸੀਂ ਰੱਖਦੇ ਹੋਈਏ ਤਾਂ ਮੇਰੀ ਕੋਸ਼ਿਸ਼ ਐਸੀ ਹੈ ਪਰ ਉਹ ਹੋ ਸਕੇਗਾ ਤਾਂ ਹੀ ਜੇਕਰ ਤੁਹਾਡੇ ਸੁਝਾਅ ਤੁਹਾਡੀ ਸਹਿਯੋਗ ਜਿਹੜਾ ਹੈਗਾ ਤੁਹਾਡਾ ਸਹਿਯੋਗ ਜਿਹੜਾ ਉਹ ਮੈਨੂੰ ਬਰਾਬਰ ਮਿਲੇਗਾ ਤਾਂ ਮੈਂ ਇਸ ਉਮੀਦ ਦੇ ਨਾਲ ਹੀ ਕੰਮ ਕਰ ਰਿਹਾ ਤਾਂ ਮੈਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਮੈਨੂੰ ਪੂਰਾ ਸਾਥ ਦਿਓਗੇ ਤਾਂ ਇਸ ਦੇ ਨਾਲ ਹੀ ਜੇਕਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਵੀ ਮੈਂ ਤੁਹਾਡੇ ਲਈ ਇਹ ਪ੍ਰੋਗਰਾਮ ਜਾਂ ਇਹ ਚੈਨਲ ਦੇ ਵਿੱਚ ਦਿੱਤੇ ਜਾਣ ਵਾਲੇ ਪ੍ਰੋਗਰਾਮ ਨੇ ਉਹ ਤੁਹਾਡੇ ਲਈ ਬੰਦ ਹੋਣਗੇ ਤਾਂ ਤੁਸੀਂ ਮੇਰੇ ਚੈਨਲ ਨੂੰ ਲੋਕ ਮੁਕਤੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਅਸੀਂ ਮਿਲਦੇ ਰਵਾਂਗੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਮੈਂ ਆਪਣੇ ਨਿੱਜੀ ਤਜਰਬੇ ਦੇ ਵਿੱਚੋਂ ਹੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਦੀਆਂ ਕਰਦੇ ਰਹਿਣਾ ਹੈਗਾ ਤਾਂ ਸੰਗੀਤ ਦੇ ਖੇਤਰ ਨਾਲ ਮੈਂ ਜੁੜਿਆ ਹੋਇਆ ਹਾਂ ਮੈਂ ਚਿੱਤਰਕਾਰੀ ਦੇ ਖੇਤਰ ਨਾਲ ਜੁੜਿਆ ਹੋਇਆ ਹਾਂ ਸੰਗੀਤ ਦੇ ਖੇਤਰ ਦੇ ਵਿੱਚੋਂ ਬਹੁਤ ਸਾਰੇ ਐਸੇ ਐਸੀਆਂ ਗੱਲਾਂ ਹੋਣਗੀਆਂ ਐਸੇ ਸੰਗੀਤ ਨਾਲ ਜੁੜੇ ਹੋਏ ਐਸੇ ਬੰਦਿਆਂ ਦੀਆਂ ਗੱਲਾਂ ਮੈਂ ਤੁਹਾਡੇ ਰੂਬਰੂ ਲੈ ਕੇ ਆਵਾਂਗਾ ਕਿ ਤੁਸੀਂ दंग रह ਜਾਓਗੇ ਅੱਛਾ ਯਾਰ ਆਹ ਗੱਲਾਂ ਸਾਨੂੰ ਨਹੀਂ ਸੀ ਪਤਾ ਤਤ ਉਹ ਗੱਲਾਂ ਜਿਹੜੀਆਂ ਸੰਗੀਤ ਦੇ ਨਾਲ ਜੁੜੀਆਂ ਹੋਈਆਂ ਨੇ ਵੱਡੀਆਂ ਉਹਨਾਂ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਰਾਂਗਾ ਹਾਂ ਇੱਕ ਹੈ ਕਿ ਵੀ ਤੁਸੀਂ ਇਸ ਗੱਲ ਦੀ ਮੇਥੋਂ ਬਿਲਕੁਲ ਵੀ ਉਮੀਦ ਨਾ ਕਰੋ ਜੀ ਕਿ ਮੇਰਾ ਚੈਨਲ ਇਹੋ ਜੀਆਂ ਗੱਲਾਂ ਕਰੇਗਾ ਕਿ ਵੀ ਆਜ ਦੇਖੋ ਜੀ ਆ ਹੁਣ ਆ ਕੀ ਆ ਕਿ ਵੀ ਤੁਹਾਡੇ ਨਾਲ ਗੱਪ-ਗਪਾਉੜ ਬਿਲਕੁਲ ਨਹੀਂ ਹੋਏਗਾ ਕੋਈ ਵੀ ਐਸਾ ਕੁਝ ਉਹਦੇ ਤੇ ਨਹੀਂ ਹੋਏਗਾ ਕਿ ਵੀ ਜਿਹੜਾ ਮੈਂ ਚੈਨਲ ਨੂੰ ਬੀਚਣ ਦੇ ਨਹੀਂ ਇਹੋ ਜਿਹਾ ਕੁਝ ਬਣਾਵਾਂ ਤਾਂ ਉਹ ਇੱਕ ਸਟੀਕ ਜਾਣਕਾਰੀ ਹੋएगी ਜਿਹੜੀ ਕਿ ਚੈਲੇਂਜੇਬਲ ਹੋएगी ਕਿ ਵੀ ਕੋਈ ਬੰਦਾ ਇਹ ਨਹੀਂ ਕਹੇਗਾ ਕਿ ਵੀ ਨਾ ਯਾਰ ਇਹ ਤਾਂ ਝੂਠ ਹੈ ਮੈਂ ਉਹੀ ਚੀਜ਼ ਬੋਲਾਂਗਾ ਉਹੀ ਚੀਜ਼ ਕਰਾਂਗਾ ਜੋ ਮੈਂ ਦੇਖੀ ਆ ਜੋ ਮੇਰੇ ਹੱਡਾਂ ਦੇ ਵਿੱਚੋਂ ਬੀਤੀ ਹੋਈ ਜੋ ਮੇਰੀਆਂ ਅੱਖਾਂ ਦੇ ਸਾਹਮਣੇ ਬੀਤੀ ਹੋਈ ਆ ਉਹ ਚਾਹੇ ਸੰਗੀਤ ਦੇ ਚਾਹੇ ਚਤਤਕਾਰੀ ਦੇ ਚਾਹੇ ਰਾਜਨੀਤੀ ਦੇ ਖੇਤਰ ਦੇ ਵਿੱਚੋਂ ਹੋएगी ਉਹ ਤੁਹਾਡੇ ਨਾਲ ਬਿਲਕੁਲ ਉਹੀ ਜਾਣਕਾਰੀ ਹੋएगी ਸੰਗੀਤ ਦੇ ਖੇਤਰ ਦੇ ਵਿੱਚੋਂ ਫਿਲਮਾਂ ਦੇ ਖੇਤਰ ਦੇ ਵਿੱਚੋਂ ਜਿ세 ਤਰ੍ਹਾਂ ਮੈਂ ਟਰੱਕ ਡਰਾਈਵਰ ਫਿਲਮ ਕੀਤੀ ਉਸ ਤੋਂ ਬਾਅਦ ਕੁਝ ਫਿਲਮਾਂ ਕੀਤੀਆਂ ਤਾਂ ਉਹਦੇ ਵਿੱਚੋਂ ਵੀ ਮੈਂ ਤੁਹਾਡੇ ਨਾਲ ਕੁਝ ਗੱਲਾਂ ਮੇਰੇ ਜੋ ਤਜਰਬੇ ਮੇਰੇ ਹੈ ਮੇਰੀਆਂ ਆਪਣੀਆਂ ਗੱਲਾਂ ਬਾਤਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੇ ਉਹ ਬਿਲਕੁਲ ਸੱਚੀਆਂ ਸੁੱਚੀਆਂ ਗੱਲਾਂ ਹੋਣਗੀਆਂ ਤਾਂ ਇੱਕ ਵੱਡੀ ਗੱਲ ਜਿਹੜੀ ਮੈਂ ਅੱਜ ਤੁਹਾਨੂੰ ਦੱਸ ਦਿਆਂ ਕਿ ਵੀ ਜਨਾਬ ਅਮਰ ਸਿੰਘ ਚਮਕੀਲਾ ਜੀ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਣੀਆਂ ਨੇ ਤਾਂ ਬਹੁਤ ਸਾਰੇ ਲੋਕਾਂ ਦੇ ਆਪੋ ਆਪਣੇ ਉਹਨਾਂ ਦੇ ਪ੍ਰਤੀ 뷰 ਹੈਗੇ ਆ ਉਹਨਾਂ ਦੇ ਨਾਂ ਨੂੰ ਕੈਸ਼ ਕਰ ਰਹੇ ਆ ਸਾਰੇ ਦੇ ਸਾਰੇ ਜਿਹਨੂੰ ਕੋਈ ਟੁੱਕ ਤੇ ਡੇਲੇ ਵਾਂਗੂ ਨਹੀਂ ਥਿਆਣਦਾ ਉਹ ਵਿੱਚ ਚਮਕੀਲੇ ਦੀ ਗੱਲ ਕਰਦਾ ਹੈਗਾ ਤਾਂ ਮੇਰੀ ਕੋਸ਼ਿਸ਼ ਹੋएगी ਮੈਂ ਉਹਨਾਂ ਦੇ ਬਾਰੇ ਉਹ ਗੱਲਾਂ ਕਰਾਂਗਾ ਜਿਹੜੀਆਂ ਬਹੁਤ ਘੱਟ ਲੋਕ ਜਾਣਦੇ ਆ ਤੇ ਉਹ ਬਿਲਕੁਲ ਤੱਥਾਂ ਤੇ ਆਧਾਰਿਤ ਹੋਣਗੀਆਂ ਹਾਂ ਕੁਝ ਲੋਕ ਹੋਣਗੇ ਕਿ ਵੀ ਯਾਰ ਇਹ ਕਿੱਥੋਂ ਆ ਗਿਆ ਉਹਨਾਂ ਦੀ ਮੈਨੂੰ ਪਰਵਾਹ ਕੋਈ ਨਹੀਂ ਹੈਗੀ ਬਹੁਤ ਜੇ ਮੈਂ ਪੰਜਾਬੀ ਚ ਕਹਾਂਦਾ ਕਿ ਉਹਨਾਂ ਨੇ ਬਾਅਦ ਚ ਮੈਂ ਪਿਛਲੇ ਸਮੇਂ ਚ ਮੇਰੀ ਇੱਕ ਇੰਟਰਵਿਊ ਆਈ ਸੀ ਬਹੁਤ ਬੜੇ ਉਲਟ ਸੋਲਟ ਜਿਹਾ ਬੋਲ ਜਾਂਦੇ ਆ ਤਾਂ ਮੈਂ ਪ੍ਰਵਾਹ ਵੀ ਨਹੀਂ ਕਰਦਾ ਕਿਸੇ ਦੀ ਕਿਉਂਕਿ ਮੈਂ ਸੱਚ ਦੇ ਪੱਲੇ ਬੰਨਿਆ ਹੋਇਆ ਮੈਂ ਇਹੋ ਜਿਹਾ ਨਹੀਂ ਆ ਕਿ ਮੈਂ ਕਿਸੇ ਦੀ ਇਸੇ ਦੀ ਸਫਲਤਾ ਨੂੰ ਮੈਂ ਕੈਸ਼ ਕਰਾਂ ਮੈਂ ਖੁਦ ਆਪਣਾ ਕੰਮ ਕਰਦਾ ਮੈਂ ਆਪਣੀ ਸਫਲਤਾ ਨੂੰ ਆਪ ਕਰਨਾ ਜਾਣਦਾ ਪਰ ਹੁੰਦਾ ਤਾਂ ਹੀ ਹੈ ਜੇਕਰ ਤੁਸੀਂ ਸਹਿਯੋਗ ਦਿਓਗੇ ਤਾਂ ਤੁਸੀਂ ਉਹਨੂੰ ਪੋਜੀਟਿਵਲੀ ਹਰ ਗੱਲ ਨੂੰ ਮੇਰੀ ਨੂੰ ਸੁਣਨਾ ਤੇ ਸਮਝਣਾ ਹੈਗਾ ਤੇ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੇਗੀ ਚਮਕੀਲਾ ਜੀ ਬਾਰੇ ਖਾਸ ਕਰਕੇ ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਕਰਾਂਗਾ ਉਹਨਾਂ ਦੇ ਗੀਤ ਸੰਗੀਤ ਉਹਨਾਂ ਦੇ ਜੋ ਕੁਝ ਵੀ ਉਹਨਾਂ ਦਾ ਹੈਗਾ ਜਿੱਨਾਕ ਸਮਾਂ ਮੈਂ ਉਹਨਾਂ ਕੋਲ ਰਿਹਾ ਜਿੰਨਾ ਸਮਾਂ ਮੈਂ ਉਹਨਾਂ ਨੂੰ ਜਾਣਦਾ ਜਿਹੋ ਜਿਹਾ ਮੈਂ ਜਾਣਦਾ ਉਹ ਤੁਹਾਨੂੰ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੁਸੀਂ ਜੇਕਰ ਉਹਨਾਂ ਗੱਲਾਂ ਨੂੰ ਸੁਣਨੇ ਚਾਹੁੰਦੇ ਹੋ ਤਾਂ ਫਿਰ ਜਰੂਰ ਸਬਸਕ੍ਰਾਈਬ ਕਰਿਓ ਜੀ ਤੁਸੀਂ ਚੈਨਲ ਨਾਲ ਜੁੜੇ ਰਹਿਓ ਜੀ ਕਿਉਂਕਿ ਮੈਂ ਉਹਨਾਂ ਦੀਆਂ ਰਿਕਾਰਡਿੰਗਸ ਬਾਰੇ ਕਿਉਂਕਿ ਜਿਹੜੀਆਂ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਰਿਕਾਰਡਿੰਗ ਹੋਈਆਂ ਨੇ ਉਹਨਾਂ ਦੇ ਨਾਲ ਕੀ ਕੁਝ ਹੋਇਆ ਕਿਵੇਂ ਕੁਝ ਵਾਪਰਿਆ ਮੈਂ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਕਿ ਕਿਸੇ ਨੇ ਅੱਜ ਤੱਕ ਨਹੀਂ ਕੀਤੀਆਂ ਬਿਨਾਂ ਸ਼ੱਕ ਉਹ ਇੰਡਸਟਰੀ ਦੇ ਇੱਕੋ ਇੱਕ ਬੰਦੇ ਆ ਜਿਨ੍ਹਾਂ ਬਾਰੇ ਸਭ ਤੋਂ ਵੱਧ ਗੱਲਾਂ ਹੋਈਆਂ ਨੇ ਪਰ ਉਹਦੀ ਹਕੀਕਤ ਜਿਹੜੀ ਹੈ ਕਿ ਬਹੁਤ ਘੱਟ ਲੋਕਾਂ ਨੇ ਜਾਣੀਆਂ ਤਾਂ ਮੇਰੀ ਕੋਸ਼ਿਸ਼ ਹੋएगी ਕਿ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗਾ ਤਾਂ ਤੁਸੀਂ ਜੁੜੇ ਰਹੋ ਜੇ ਮੇਰੇ ਨਾਲ ਮਚਮਕੀਲਾ ਜੀ ਬਾਰੇ ਇੱਕ ਅਲੱਗ ਐਪੀਸੋਡ ਬਣਾਵਾਂਗਾ ਥੋੜਾ ਜਿਹਾ ਉਹਨਾਂ ਦੀਆਂ ਗੱਲਾਂ ਬਾਤਾਂ ਦਾ ਤਾਂ ਫਿਰ ਉਸ ਤੋਂ ਬਾਅਦ ਕੀ ਉਹਨਾਂ ਦਾ ਸਿਲਸਿਲਾ ਜਲਾਵਾਂਗਾ ਪੂਰਾ ਉਹਨਾਂ ਦਾ ਪੂਰੇ ਦਾ ਪੁਲਸਾ ਪੂਰਾ ਸਿਲਸਿਲਾ ਹੋਏਗਾ ਜਿਹੜਾ ਕਿ ਲਗਭਗ 10 ਐਪੀਸੋਡ ਦੇ ਵਿੱਚ ਹੋਏਗਾ 10 ਕਿਸ਼ਤਾਂ ਦੇ ਵਿੱਚ ਹੋਏਗਾ ਕਿ ਵੀ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਰਿਕਾਰਡਿੰਗ ਕਿਵੇਂ-ਕਿਵੇਂ ਹੋ ਰਹੀਆਂ ਸੀਗੀਆਂ ਕੀ ਕੁਛ ਉਹਨਾਂ ਦੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਹੋਇਆ ਕੀ ਹੁਣ ਹੋਇਆ ਤੇ ਕੀ ਲੋਕਾਂ ਨੇ ਉਹਦਾ ਪ੍ਰਚਾਰ-ਪ੍ਰਸਾਰ ਕੀਤਾ ਮੇਰੀ ਉਹਨਾਂ ਨਾਲ ਕਿਸ ਤਰ੍ਹਾਂ ਦੀ ਜਾਣ-ਪਹਿਚਾਨ ਸੀ ਮੈਂ ਉਹਨਾਂ ਨਾਲ ਕਿਵੇਂ ਰਿਹਾ ਮੇਰੇ ਨਾਲ ਜਿਹੜੇ ਸਾਥੀ ਮੇਰੇ ਦੋਸਤ ਹੈਗੇ ਆ ਜਿਹੜੇ ਸਾਡੇ ਗੁਰਪਾਈ ਹੈਗੇ ਉਹਨਾਂ ਨਾਲ ਮੇਰੇ ਅੱਜ ਵੀ ਕਿਹੋ ਜਿਹੇ ਰਿਲੇਸ਼ਨ ਨੇ ਤੇ ਉਦੋਂ ਕਿਹੋ ਜਿਹੇ ਦੀ ਤਾਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਬਸ ਤੁਸੀਂ ਸਿੰਪਲੀ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਾ ਮੇਰੇ ਚੈਨਲ ਨੂੰ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਜਾਣਨਾ ਚਾਹੁੰਦੇ ਹੋ ਜੇਕਰ ਤੁਸੀਂ ਫੇਸਬੁੱਕ ਦੇ ਉੱਤੇ ਜੁੜੇ ਹੋਏ ਆ ਤਾਂ ਫੇਸਬੁੱਕ ਦੇ ਉੱਤੇ ਵੀ ਤੁਸੀਂ ਮੇਰੇ ਪੇਜ ਨੂੰ ਫੋਲੋ ਕਰ ਲਓ ਬਹੁਤ ਵਧੀਆ ਤੁਹਾਨੂੰ ਜਾਣਕਾਰੀ ਮਿਲੇਗੀ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਾਂਗੇ ਆਪਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਉਦੇਬਾਦ ਰਹੋ ਸਤਿ ਸ੍ਰੀ ਅਕਾਲ